पातशाह कृपा करनी सरबत संगत जी फतेह बख्शनी अज थोड़े दर तो थोड़ा चरण छो प्राप्त किसान मजदूर लहर का झंडा लैके जावे वह किसान मजदूर की फतेह करके यह झंडा लोगों का दिल्ली से चलूगा यही सच्चे पातशाह साडे नूं अरदास बेनती आ चार पैर रहना अपने पानी अंदर सुख ना मती चढ़दी कला खेती कानूनों नूं लै के लगातार ही किसान दिल्ली वाल नूं वध रहे ने जिस नूं लै के भारी गिनती विच किसान मजदूर एकता की अगवाई हेठ किसान मजदूर संघर्ष कमेटी वालों दिल्ली वाल रवानगी दिती गई रवानगी लैण तों पहला किसान वालों सचखंड श्री हरिमंदर साहिब श्री अकाल तख्त साहिब ते अरदास करके दिल्ली वाल नूं तैयारी की गई असी अज पहलू फैसले मुताबक श्री दरबार साहिब मत्था टेकन तों बाद सारे देश दे कट्टा जाएगा लोकां वालों किसान मजदूर लहर वालों पंजाबियों वालों पंथ वालों सारे वालों अरदास बेनती की अकाल तख्त साहब कि सतगुर सच्चे पातशाह तेरा ओट आसरा लैके पहलू साडा जथा 27 नूं सामने रवाना होया सी गोल्डन गेट तों सामने वेख ओह कुंडली बार्डर जाके पहुंचा वा दूसरा जथा अज असीं रवाना कर रहे हैं ते इस करके गुरु महाराज दा ओट आसरा लैके अरदास करके चल रहे हैं इदों गाहां गोल्डन गेट तों असीं जिहड़ा जथा वा दिल्ली वल नूं रवाना करांगे गाह जाके ब्यास पुल तो वड्डा जथा जिहड़ा माझे दा वा इहदे विच कह लो जिहड़े साडे गुरदासपुर दे अमृतसर दे तरन तारण दे हजे ड्यूटी नहीं सी लाई वॉलंटरी सैकड़े व्हीकलां ते जिहड़े लोक रवाना हो रहे आ इहदों गाह फिरोजपुर फाजिलका जलंधर मोगा उह जथा सानूं जिहड़ा वा दुराहे लग गया के मिलूगा ते तुसीं वेखो हजारां व्हीकलां दा जथा जिहड़ा वा 50,000 दे नेड़े तेड़े किसान मजदूरां दी गिनती जिहड़ी आ अज असीं सिंघू बार्डर जिहड़ा वा पंजाब दा शंभू बार्डर पंजाब दा क्रॉस करांगे पिपली दे लागे शाहबाज मारकंडा एरिया वा जिथे रात स्टे करांगे मैनूं लगदा रात 10-11 सानूं जांदिया बजणगे ओह तों गाहां अगले दिन जिहड़ा वा असीं दिल्ली वल नूं कूच करांगे प्रदेश साहिब किसानां वास्ते ते अरदास जो किया जिहड़े कानून ने वापस लिते जा सकदे देखो आस तां इही रखदे आ सतगुर कृपा करे सारिआं ते परमात्मा बख्शिश करे जिहड़े साडे देश दे हाकम आ ਉਹ ਜਿਹੜੇ ਦੇਸ਼ ਕਿਸਾਨਾਂ ਮਜ਼ਦੂਰਾਂ ਨੇ ਜਿਹੜਾ ਚੁਣ ਕੇ ਉਹਨਾਂ ਨੂੰ ਗੱਦੀ 'ਤੇ ਭਾਲਿਆ ਵਾ ਉਹ ਉਹਨਾਂ ਦੀ ਆਵਾਜ਼ ਸੁਣ ਆਵਾਜ਼ ਸੁਣ ਕੇ ਜਿਹੜੀ ਲੋਕਤੰਤਰ ਦੀ ਆਵਾਜ਼ ਆ ਉਹਦੇ ਹੱਕ 'ਚ ਫੈਸਲਾ ਕਰਨ ਉਹਨਾਂ ਨੂੰ ਬਜਿੱਦ ਨਹੀਂ ਹੋਣਾ ਚਾਹੀਦਾ ਸਾਡੇ ਪ੍ਰਧਾਨ ਮੰਤਰੀ ਜੀ ਬਜਿੱਦ ਨਜ਼ਰ ਆ ਰਹੇ ਨੇ ਕਿ ਸਾਡੇ ਖੇਤੀ ਦੇ ਕਾਨੂੰਨ ਬਹੁਤ ਠੀਕ ਨੇ ਜਦਕਿ ਲੰਮੀਆਂ ਮੀਟਿੰਗਾਂ ਤੋਂ ਬਾਅਦ ਜਿਹੜੇ ਉਹ ਕਾਨੂੰਨਾਂ ਦੇ ਵਿੱਚ ਵੱਡੇ ਅਤੇ ਵਿਆਪਕ ਪੱਧਰ 'ਤੇ ਕਹਿ ਲਓ ਸਾਰੇ ਕਾਨੂੰਨ ਜਿਵੇਂ ਖਰਾਬ ਸੀਗੇ ਕਿਸਾਨਾਂ ਵਿਰੋਧੀ ਸੀ ਕਾਰਪੋਰੇਟ ਪੱਖੀ ਸੀਗੇ ਉਹਦੇ ਬਾਰੇ ਦੱਸ ਦਿੱਤਾ ਗਿਆ ਵਾ ਹੁਣ ਫੈਸਲਾ ਕੇਂਦਰ ਦੇ ਹੱਕ ਹੈ ਫੈਸਲਾ ਕੇਂਦਰ ਨੇ ਜਿਹੜਾ ਵਾ ਉਹ ਹੱਲ ਕਰਨਾ ਵਾ ਜਿਹੜਾ ਵਾ ਗੱਲਬਾਤ ਅਤੇ ਗੱਲਬਾਤ ਨਾ ਫੈਸਲੇ ਟਾਲਣਾ ਇਹ ਰਾਤ ਛੱਡ ਕੇ ਜਿਹੜੀ ਕੇਂਦਰ ਸਰਕਾਰ ਆ ਉਹ ਰਿਜ਼ਲਟ ਮੁਖੀ ਫੈਸਲੇ ਮੁਖੀ ਜਿਹੜਾ ਵਾ ਉਹ ਫੈਸਲਾ ਕਰੇ ਤਾਂ ਜੋ ਸਿੱਟਾ ਨਿਕਲ ਸਕੇ ਗੱਲਬਾਤ ਦਾ ਸੋ ਹੁਣ ਸਾਰੀ ਗੇਂਦ ਜਿਹੜੀ ਆ ਮੈਨੂੰ ਲੱਗਦਾ ਕੇਂਦਰ ਸਰਕਾਰ ਦੇ ਹੱਥ 'ਚ ਆ ਉਹ ਕੀ ਫੈਸਲਾ ਕਰਦੀ ਆ ਕਿਸਾਨ ਲਹਿਰ ਕੋਲੇ ਕਿਸਾਨ ਲਹਿਰ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਪੰਜਾਬੀਆਂ ਦੇਸ਼ ਵਾਸੀਆਂ ਕੋਲੇ ਆਪਣੇ ਆਪ ਨੂੰ ਬਚਾਉਣ ਲਈ ਖੇਤੀ ਸੈਕਟਰ ਨੂੰ ਬਚਾਉਣ ਲਈ ਲੰਬੇ ਸੰਘਰਸ਼ ਤੋਂ ਇਲਾਵਾ ਦੂਸਰੇ ਚਾਰੇ ਨਹੀਂ ਹੈਗੇ ਅਲੱਗ ਰੂਪ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਕਹਿ ਰਹੇ ਕਿ ਚਾਈਨਾ ਤੋਂ ਤੇ ਇਹ ਭਾਜਪਾ ਦੀ ਤੇ ਮੋਦੀ ਸਰਕਾਰ ਦੀ ਪਹਿਲਾਂ ਤੋਂ ਨੀਤੀ ਰਹੀ ਆ ਜਦੋਂ ਵੀ ਹੱਕੀ ਤੇ ਜਾਇਜ਼ ਲੋਕ ਪੱਖੀ ਕੋਈ ਵੀ ਅੰਦੋਲਨ ਚੱਲਦਾ ਵਾ ਤੇ ਉਹਨੂੰ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਬਦਨਾਮ ਕਰ ਲਾਂਗੇ ਤਾਂ ਅਸੀਂ ਸਫਲ ਹੋਵਾਂਗੇ ਮੈਂ ਕਹਿੰਦਾ ਇਹ ਰਾਖ ਤਿਆਰ ਨਹੀਂ ਕਰਨਾ ਜਿਹੜਾ ਕੇਂਦਰ ਸਰਕਾਰ ਉਹ ਰਾਹ ਛੱਡਣਾ ਚਾਹੀਦਾ ਲੋਕ ਸਮਝ ਚੁੱਕੇ ਨੇ ਸੱਚਾਈ ਕੀ ਆ ਇਹਦੇ ਨਾਲੋਂ ਜਿੰਨਾ ਜ਼ੋਰ ਉਹ ਇਹਨਾਂ ਗੱਲਾਂ ਤੇ ਲਾ ਰਹੇ ਨੇ ਜਿੰਨਾ ਜ਼ਿਆਦਾ ਪ੍ਰਚਾਰ ਮਾਧਮਾਂ 'ਚ ਕਿਸਾਨ ਆਗੂਆਂ ਵਿਰੋਧ ਪ੍ਰਚਾਰ ਚਲਾਉਣ ਦਾ ਯਤਨ ਕੀਤਾ ਜਾ ਰਿਹਾ ਉਹਨਾਂ 'ਚ ਉਹ ਸਿੱਟਿਆਂ ਵੱਲ ਧਿਆਨ ਦੇਣ ਤੇ ਇਹ ਦੇਸ਼ ਦੇ ਹਿੱਤ ਵਿੱਚ ਵੀ ਹੋਊਗਾ ਤੇ ਦੇਸ਼ ਦੇ ਫਾਇਦੇ 'ਚ ਵੀ ਹੋਊਗਾ ਦੂਸਰਾ ਗੱਲਾਂ ਇਹੀ ਨਹੀਂ ਉਹ ਹੋ ਸਕਦਾ ਕੁਝ ਨਾ ਲਾਉਣ ਕਿਸਾਨ ਆਗੂਆਂ ਦਾ ਵੀ ਇਹਨਾਂ ਕੋਲ ਫਲਾਣੀ ਥਾਂ ਤੋਂ ਫੰਡਿੰਗ ਹੋਈ ਆ ਇਹ ਫਲਾਣੇ ਦੇ ਏਜੰਟ ਆ ਸੋ ਉਹਨਾਂ ਨੂੰ ਇਹ ਚੀਜ਼ਾਂ ਵਾਰਾ ਖਾਂਦੀਆਂ ਉਹਨਾਂ ਦੇ ਨੀਤੀ ਦਾ ਹਿੱਸਾ ਵਾ ਮੈਨੂੰ ਲੱਗਾ ਦੇਸ਼ ਵੀ ਜਾਗ ਰਿਹਾ ਪੰਜਾਬ ਵੀ ਜਾਗ ਰਿਹਾ ਉਹਨਾਂ ਦੇ ਗੁੰਮਰਾਹਪੂਰਨ ਪ੍ਰਚਾਰ ਦੇ ਵਿੱਚ ਕੋਈ ਵੀ ਨਹੀਂ ਆਊਗਾ ਤੇ ਲੋਕ ਆਪਣੇ ਜਿਹੜੇ ਮਸਲੇ ਆ ਜਿਹੜੇ ਕਿਸਾਨਾਂ ਮਜ਼ਦੂਰਾਂ ਲਹਿਰ ਦੇ ਮੰਗਾਂ ਨੇ ਵੀ ਖੇਤੀ ਦੇ 3 ਕਾਨੂੰਨ ਰੱਦ ਕੀਤੇ ਜਾਣ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਤੁਸੀਂ ਕਾਨੂੰਨ ਲੈ ਕੇ ਆਓ ਨਹੀਂ ਤਾਂ ਇਹ ਅੰਦੋਲਨ ਮਜਬੂਰੀ ਆ ਮਰਦਾ ਕਿ ਕੀ ਨਹੀਂ ਕਰਦਾ ਲੜਾਂਗੇ ਜਦੋਂ ਤੱਕ ਸਾਡੇ ਸਾਹਾਂ ਵਿੱਚ ਸਾਹ
ब्यूरो रिपोर्ट लाइव भारत।